ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪਿਛਲੇ ਸਮੇਂ ਪੰਜਾਬ 'ਚ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਬਹੁਤ ਜ਼ਿਆਦਾ ਭਖਿਆ ਰਿਹਾ ਅਤੇ ਭਖਾਇਆ ਗਿਆ ਉਹ ਸੀ ਬੇਅਦਬੀ ਦਾ ਮੁੱਦਾ ਜੋ ਬਹਿਬਲ ਕਲਾਂ ਦਰਗਾੜੀ ਕਾਂਡ ਨਾਲ ਜੁੜੀ ਹੋਈ ਘਟਨਾ ਸੀ ਉਸ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਬੜੀ ਘੋਰ ਬੇਅਦਬੀ ਹੋਈ ਸੀ ਉਸ ਮੁੱਦੇ ਨੂੰ ਵਿਰੋਧੀ ਪਾਰਟੀਆਂ ਨੇ ਕਿਉਂਕਿ ਉਹ ਅਕਾਲੀ ਦਲ ਦੀ ਸਰਕਾਰ 'ਚ ਹੋਈ ਸੀ ਉਹਨਾਂ ਨੇ ਇੱਕ ਬੜਾ ਵਧੀਆ ਮੌਕਾ ਸਮਝ ਕੇ ਆਪਦੇ ਵੱਲੋਂ ਅਤੇ ਇਸ ਮੁੱਦੇ ਦਾ ਇੰਨਾ ਜ਼ਿਆਦਾ ਉਹਨਾਂ ਨੇ ਇਹਨੂੰ ਭੜਕਾਇਆ ਇਹਨੂੰ ਚੱਕਿਆ ਕਿ ਪੰਜਾਬ ਦੇ ਲੋਕਾਂ ਨੂੰ ਇਉਂ ਲੱਗਣ ਲੱਗਾ ਜਿਵੇਂ ਵਾਕਿਆ ਹੀ ਇਹ ਜਿਹੜਾ ਸਾਰਾ ਦੋਸ਼ ਹੈ ਅਕਾਲੀ ਦਲ ਦੇ ਸਿਰ 'ਤੇ ਆਉਂਦਾ ਜਦੋਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਲੀਡਰਸ਼ਿਪ ਨੇ ਸਾਰੇ ਥਾਈਂ ਵਰਕਰਾਂ ਨੇ ਆਪੋ ਆਪਣੀ ਥਾਂ 'ਤੇ ਸਾਰਿਆਂ ਨੇ ਇਹ ਗੱਲ ਨੂੰ ਪੂਰੀ ਤਰ੍ਹਾਂ ਸਪਸ਼ਟ ਕੀਤਾ ਕਿ ਇਸ ਬੇਅਦਬੀ ਨਾਲ ਅਕਾਲੀ ਦਲ ਦਾ ਕਿਸੇ ਵਰਕਰ ਦਾ ਕਿਸੇ ਆਗੂ ਦਾ ਕੁਛ ਵੀ ਲੈਣਾ ਦੇਣਾ ਨਹੀਂ ਕੇਵਲ ਸਰਕਾਰ ਹੋਣ ਕਰਕੇ ਇਸ ਮੁੱਦੇ ਨੂੰ ਜਿਹੜਾ ਉਹ ਅਕਾਲੀ ਦਲ ਦੇ ਖਾਤੇ 'ਚ ਪਾਉਣ ਦੇ ਯਤਨ ਕੀਤੇ ਜਾ ਰਹੇ ਆ ਜਦੋਂ ਕਿ ਜਿੰਨਾ ਵੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਆ ਉਸਦੀ ਲੀਡਰਸ਼ਿਪ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖ ਸਿਧਾਂਤ ਨੂੰ ਪੂਰੀ ਤਰ੍ਹਾਂ ਸਮਰਪਿਤ ਜਿਹੜੀ ਲੀਡਰਸ਼ਿਪ ਹੈ ਅਤੇ ਜਿੱਥੇ ਕਿਤੇ ਵੀ ਕੋਈ ਸਿੱਖਾਂ ਦੀ ਸਮੱਸਿਆ ਆਉਂਦੀ ਹੈ ਕੋਈ ਧਾਰਮਿਕ ਮੁੱਦਾ ਆਉਂਦਾ ਸਭ ਤੋਂ ਅੱਗੇ ਹੋ ਕੇ ਅਕਾਲੀ ਦਲ ਹੀ ਜਿਹੜਾ ਉਹ ਲੜਦਾ ਅਕਾਲੀ ਦਲ ਨੇ ਹਮੇਸ਼ਾ ਹੀ ਜਿਹੜੇ ਸਿੱਖਾਂ ਦੇ ਜੋ ਵੀ ਮਸਲੇ ਰਹੇ ਆ ਉਹਨਾਂ ਦੀ ਉਹਨਾਂ ਨੇ ਅੱਗੇ ਹੋ ਕੇ ਜਿਹੜੇ ਲੜੇ ਆ ਪਰੰਤੂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਦੂਜੇ ਬੰਨੇ ਆਮ ਆਦਮੀ ਪਾਰਟੀ ਜਿਹੜੀ ਪਿਛਲੀ ਵਾਰ ਵੀ ਬੜੇ ਆਸ ਲਾ ਕੇ ਬੈਠੀ ਸੀ ਕਿ ਅਸੀਂ ਸਾਡੀ ਸਰਕਾਰ ਬਣ ਜਾਣੀ ਹੈ ਉਹਨਾਂ ਨੇ ਇਸ ਮੁੱਦੇ ਨੂੰ ਇੰਨਾ ਚੱਕਿਆ ਇੰਨਾ ਲੋਕਾਂ ਨੂੰ ਗੁੰਮਰਾਹ ਕੀਤਾ ਕਿਉਂਕਿ ਦੋ ਪਾਰਟੀਆਂ ਵੱਡੀਆਂ ਇਕੱਠੀਆਂ ਹੋ ਕੇ ਲੱਗ ਗਈਆਂ ਅਤੇ ਲੋਕਾਂ ਨੂੰ ਐਂ ਲੱਗਣ ਲੱਗ ਪਿਆ ਕਿ ਅਕਾਲੀ ਦਲ ਦਾ ਜਿਵੇਂ ਕੋਈ ਦੋਸ਼ ਹੁੰਦਾ ਹੁਣ ਅੱਜ ਤੁਸੀਂ ਦੇਖ ਲਓ ਉਹੀ ਕਾਂਗਰਸ ਜਿਹੜੀ ਸਰਕਾਰ ਸੀ ਉਹ ਪਾਰਟੀ ਸਰਕਾਰ ਤੋਂ ਬਾਅਦ ਉਹ ਵੀ ਹਾਰ ਗਈ ਲੋਕਾਂ ਵਿੱਚ ਉਹਦਾ ਵੀ ਖਤਮ ਹੋ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੇ ਉਸਨੇ ਬਹੁਤ ਜ਼ਿਆਦਾ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਆ ਹੁਣ ਜਿਹੜੀ ਇਲੈਕਸ਼ਨ ਹੋਈ ਆ ਸੰਗਰੂਰ ਦੀ ਉਹਦੇ 'ਚ ਉਹਦੇ ਵੀ ਭਾਂਡੇ ਮੁੱਦੇ ਵੱਜ ਗਏ ਉਹਨਾਂ ਨੂੰ ਪਤਾ ਲੱਗਿਆ ਮੁੱਖ ਮੰਤਰੀ ਦਾ ਆਪਣਾ ਹਲਕਾ ਹੈ ਕਿਸੇ ਹੋਰ ਹਲਕੇ 'ਚ ਚੋਣ ਹੁੰਦੀ ਤਾਂ ਹਾਲਾਤ ਕੁਝ ਹੋਰ ਕਹੇ ਜਾ ਸਕਦੇ ਸੀ ਮੁੱਖ ਮੰਤਰੀ ਦਾ ਆਪਣਾ ਹਲਕਾ ਸੀ ਲੋਕਾਂ ਨੂੰ ਜਿਹੜਾ ਸੀਗਾ ਉਹ ਅੱਜ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਸਾਨੂੰ ਉਹਨੂੰ ਉਦੋਂ ਵੀ ਦੁੱਗਣੀਆਂ ਵੋਟਾਂ 'ਤੇ ਜਿਤਾਉਣਾ ਚਾਹੀਦਾ ਬਲਕਿ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਉਹਨੂੰ ਅੱਜ ਜਿਹੜਾ ਉਸ ਪਾਰਟੀ ਨੂੰ ਪਛਾੜਿਆ ਸੋ ਮੈਂ ਸਮਝਦਾ ਕਿ ਅੱਜ ਜਿਹੜੀ ਉਹਨੇ ਇੱਕ ਰਿਪੋਰਟ ਭਗਵੰਤ ਮਾਨ ਨੇ ਹੁਣ ਜਾਰੀ ਕੀਤੀ ਹੈ ਜਿਹੜੀ ਉਹਨੇ ਕੁਛ ਪੰਥਕ ਆਗੂਆਂ ਨੂੰ ਕੁਛ ਸੰਤ ਸਮਾਜ ਦੇ ਵਿਅਕਤੀਆਂ ਨੂੰ ਬੁਲਾ ਕੇ ਉਹਨੇ ਰਿਪੋਰਟ ਦਿੱਤੀ ਹੈ ਉਸ ਦੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਰੱਖ ਦਿੱਤਾ ਐਨ ਕਲੀਅਰ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਕਿਤੇ ਵੀ ਇਸ ਮਸਲੇ ਨਾਲ ਕੋਈ ਲੈਣ ਦੇਣ ਨਹੀਂ ਰਿਹਾ ਅਤੇ ਉਸ ਗੱਲ ਦਾ ਨਿਤਾਰਾ ਲੋਕਾਂ ਨੇ ਵੀ ਕਰਤਾ ਪਹਿਲਾਂ ਕਾਂਗਰਸ ਨੂੰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਚੱਕ ਕੇ ਸਹੁੰ ਖਾਧੀ ਕਿੱਡੀ ਵੱਡੀ ਬੇਅਦਬੀ ਤਾਂ ਉਹਨਾਂ ਨੇ ਆਪ ਕੀਤੀ ਜਦੋਂ ਗੁਟਕਾ ਚੱਕ ਕੇ ਸਹੁੰ ਖਾਧੀ ਅਤੇ ਆਪਣੀ ਗੱਲ 'ਤੇ ਖਰੇ ਨਹੀਂ ਉਤਰੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਵਿਧਾਨ ਸਭਾ ਵਿੱਚ ਜਿਸ ਢੰਗ ਦੇ ਨਾਲ ਕੁਛ ਲੋਕਾਂ ਨੇ ਅਕਾਲੀ ਦਲ ਦੇ ਉੱਤੇ ਚਿੱਕੜ ਉਛਾਲੀ ਕੀਤੀ ਉਹ ਵੀ ਬੜੀ ਬੇਹੱਦ ਖਤਰਨਾਕ ਕਿਸਮ ਦੀ ਕਾਰਵਾਈ ਉਹਨਾਂ ਲੋਕਾਂ ਵੱਲੋਂ ਕੀਤੀ ਗਈ ਲੇਕਿਨ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਕੂੜਨ ਖੁੱਟੇ ਨਾਨਕਾ ਊੜਕ ਸੱਚ ਰਹੀ ਬਿਲਕੁਲ ਉਹ ਗੱਲ ਅੱਜ ਸਾਹਮਣੇ ਆਈ ਹੈ ਜਦੋਂ ਸਰਕਾਰ ਜਿਹੜੀ ਸਰਕਾਰ ਸਭ ਤੋਂ ਵੱਧ ਜਿਹੜੀ ਪਾਰਟੀ ਰੌਲਾ ਪਾਉਣ ਵਾਲੀ ਸੀ ਜਿਹਨੇ ਇਸ ਗੱਲ ਦਾ ਸਭ ਤੋਂ ਵੱਧ ਬੈਨੀਫਿਟ ਲਿਆ ਕਿਉਂਕਿ ਇਸ ਦਾ ਕੋਈ ਕੇਡਰ ਨਹੀਂ ਸੀ ਕੋਈ ਆਧਾਰ ਨਹੀਂ ਸੀ ਪਾਰਟੀ ਦਾ ਪਹਿਲਾਂ ਪੰਜਾਬ ਵਿੱਚ ਲੇਕਿਨ ਇਸ ਨੇ ਲੋਕਾਂ ਦੀਆਂ ਬਹੁਤ ਵੱਡੇ ਪੱਧਰ 'ਤੇ ਵੋਟਾਂ ਕੇਵਲ ਇਸ ਵਾਸਤੇ ਬਟੋਰੀਆਂ ਕਿ ਅਸੀਂ ਲੋਕਾਂ ਦੀ ਆਮ ਲੋਕਾਂ ਦੀ ਪਾਰਟੀ ਹਾਂ ਅਤੇ ਸਾਨੂੰ ਤੁਸੀਂ ਸਹਿਯੋਗ ਦਿਓ ਪਿਛਲੀ ਵਾਰ ਵੀ ਉਹਨਾਂ ਨੇ ਕਾਫੀ ਵੱਡੀ ਗਿਣਤੀ ਵਿੱਚ ਉਹਨਾਂ ਦੇ MLA ਵੀ ਜਿੱਤੇ ਪਏ ਉਹ ਤਾਂ ਸਰਕਾਰ ਦੀ ਆਸ ਲਈ ਬੈਠੇ ਸੀ ਔਰ ਇਸ ਵਾਰ ਉਹਨਾਂ ਦੀ ਸਰਕਾਰ ਹੀ ਬਣੀ ਦੂਜੇ ਨੰਬਰ 'ਤੇ ਕਾਂਗਰਸ ਨੇ ਜਿੰਨਾ ਵੱਧ ਤੋਂ ਵੱਧ ਕੂੜ ਪ੍ਰਚਾਰ ਹੋ ਸਕਦਾ ਸੀ ਸਾਰੇ ਉਹਨਾਂ ਦੇ ਮੰਤਰੀ ਸਾਰੇ ਰਲ ਕੇ ਗੁਟਕਾ ਅਖੀਰ ਤੋਂ ਉਹਨਾਂ ਨੇ ਗੁਟਕੇ ਦੀ ਸਹੁੰ ਚੱਕੀ ਸਹੁੰ ਨੂੰ ਅਸੀਂ ਸਮਝਦੇ ਹਾਂ ਵੀ ਜਿਵੇਂ ਕੋਈ ਪਰੇ ਬੰਦਾ ਬੈਠਾ ਹੋਵੇ ਉਹ ਕਹਿੰਦਾ ਖਾ ਗੁਟਕੇ 'ਤੇ ਹੱਥ ਰੱਖ ਜੇ ਜੋ ਕੋਈ ਸਹੁੰ ਚੱਕ ਲਏ ਅਤੇ ਦੂਜੀ ਧਿਰ ਚੁੱਪ ਕਰ ਜਾਂਦੀ ਵੀ ਹੁਣ ਇਹਨੇ ਗੁਟਕੇ ਦੀ ਸਹੁੰ ਖਾ ਲਈ ਤੁਸੀਂ ਦੱਸੋ ਕੀ ਕਹਿਣਾ ਇਹਨਾਂ ਨੂੰ ਬਿਲਕੁਲ ਉਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ
जो कांग्रेस ने गुटके की खो सहु चकरी गुटका चक के जो उस तो बाद उन्होंने पंजाब सरकार बनाती। पर अज धन गुरु ग्रंथ साहब महाराज जी मैं समझदा कि बड़ी वड्डी कृपा हुई है जिहड़ा श्रोमणी अकाली दल पंथ की नुमाइंदा जथेबंदी है शहीदों की जथेबंदी है जिसका समुचा इतिहास जिहड़ा वो सिख पंथ की बहुत वड्डी सेवा 100 साल की पुरानी जिहड़ी जथेबंदी है उस दे उत्ते बड़ी वड्डी सतगुरु ने कृपा की जिहड़ा सरकार रिपोर्ट देने वाले भी विरोधी तो जिन्होंने रिपोर्ट उत्थे प्राप्त की वह भी सानू इस गल का बड़ा अफसोस है कि साड़िया कुछ जिहड़ियां पंथक धिरां सन उन्होंने इन्हां पार्टियां का साथ दिता जिहड़ियां जां तां नास्तिक विचारधारा नाल जुड़िया ज़्यादा तौर पर जां जिहड़ियां बिल्कुल गैर अखलाकी है जिन्होंने दरबार साहब से श्री अकाल तख्त साहब से बहुत वड्डा हमला किया बहुत वड्डी उन्होंने बेदबी सब तो वड्डी बेदबी जिहड़ी उन्होंने दरबार साहब से अकाल तख्त साहब से उन्होंने जिथे हमला किया गुरु ग्रंथ साहब के सरूप में गोलियां भी मारियां उस तो अलावा पंजाब के किन्ने होर गुरुद्वारों में उन्होंने जिहड़ा फौज का हमला किया अज उन्हों इस गल का जो जवाब है वो मिल चुका। मैं समझदा कि इस तो वध होर माड़ी गल नहीं हो सकती इन्हां लोगों को अपने किते की माफ़ी जिहड़ी है वो मंगनी चाहिए है कि असी गलत प्रचार करते रहे पंजाब के लोगों ने एक जवाब तो संगरूर दे दिता तो आने वाले समय भी पंजाब के लोग इस गल का जवाब इन्हां नूं दे देणगे तो श्रोमणी अकाली दल पहला वाग इसका झंडा जिहड़ा वो दुनिया में उस तरह जिहड़ा बुलंद रहेगा। माफ़ी किया जिन्हां जिन्हां लोगों ने भी किया आम आदमी पार्टी लोगों ने सुने नहीं ना गल बड़ी जज्बाती सी गल इन्नी जज्बाती सी लोग रिपोर्ट की इंतजार से बैठे थे इलेक्शन तो पहला कि आह रिपोर्ट आ जाती तो नतीजा ही होर हुंदा उन्होंने रिपोर्ट बाद ही दी जे कि इलेक्शन तो पहला रिपोर्ट आ जाती तो नतीजे बदल जाते पंजाब के अज लोग सोचने मजबूर हो भी इन्होंने की किया ਇਹਦੇ ਉੱਤੇ ਅਕਾਲੀ ਦਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਲਾਏ ਅੱਜ ਜਿਹੜਾ ਮੁੱਖ ਮੰਤਰੀ 5 ਸਾਲ ਅਕਾਲੀ ਦਲ ਤੇ ਦੋਸ਼ ਲਾਉਂਦਾ ਰਿਹਾ ਅੱਜ ਉਸ ਮੁੱਖ ਮੰਤਰੀ ਨੇ ਆਪਣੇ ਘਰ ਆਪਣੇ ਬੰਦੇ ਬੁਲਾ ਕੇ ਇਹ ਨਹੀਂ ਕਿਤੇ ਹੋਰ ਪਾਸੇ ਰਿਪੋਰਟ ਨਹੀਂ ਪੇਸ਼ ਕੀਤੀ ਆਪਣੇ ਘਰ ਬੰਦੇ ਬੁਲਾ ਕੇ ਉਹ ਰਿਪੋਰਟ ਜਿਹੜੀ ਉਹਨੇ ਦਿੱਤੀ ਉਹਦੇ ਸਪਸ਼ਟ ਤੌਰ ਤੇ ਉਹ ਆਪ ਮੰਨਿਆ ਕਿ ਅਕਾਲੀ ਦਲ ਦਾ ਇਹਦੇ 'ਚ ਕੋਈ ਉਹ ਨਹੀਂ ਹੈਗਾ ਇਸ ਕਰਕੇ ਉਹ ਮੁੱਖ ਮੰਤਰੀ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਜਿਹੜੇ ਹੈਗੇ ਝੂਠੇ ਆਰੋਪ ਲਾ ਕੇ ਉਹਦੇ ਲਈ ਉਹਦੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਕਿ ਉਹਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ। ਔਰ ਮੈਂ ਤਾਂ ਦੂਜੀ ਗੱਲ ਵੀ ਕਰਦਾ ਕਿ ਇਹ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਇਹ 5 ਸਾਲ ਇਹ ਕਹਿੰਦੇ ਰਹੇ ਅਕਾਲੀ ਦਲ 100 ਸਾਲ ਦੇ 'ਚ ਖਤਮ ਹੋਇਆ 100 ਸਾਲ 'ਚ ਖਤਮ ਹੋ ਜਾਊਗਾ ਪਰ ਅੱਜ ਅਕਾਲੀ ਦਲ ਦਾ ਇਤਿਹਾਸ ਆ 100 ਸਾਲ ਬਾਅਦ ਵੀ ਅਕਾਲੀ ਦਲ ਦੀ ਚਾਹੇ ਪੰਜਾਬ ਦੀ ਵਿਧਾਨ ਸਭਾ ਨੁਮਾਇੰਦਗੀ ਤੋੜੀ ਆ ਪਾਰਲੀਮੈਂਟ 'ਚ ਵੀ ਅਕਾਲੀ ਦਲ ਦੀ ਨੁਮਾਇੰਦਗੀ ਆ ਇੱਕ ਇਹਨਾਂ ਦੀ ਪਾਰਟੀ ਆ ਜਿਹੜੀ 100 ਦਿਨ ਦੇ ਵਿੱਚ ਵਿੱਚ ਇਹਨਾਂ ਦੀ ਪਾਰਟੀ ਦੀ ਨੁਮਾਇੰਦਗੀ ਪਾਰਲੀਮੈਂਟ 'ਚ ਖਤਮ ਹੋ ਗਈ ਹੈ। ਇਸ ਤੋਂ ਵੱਡਾ ਇਹਨਾਂ ਨੂੰ ਤਾਂ ਆਪ ਸਮਝ ਲੈਣਾ ਚਾਹੀਦਾ ਕਿ ਜਿਹੜੀ ਪਾਰਟੀ ਇਹ ਹਿੰਦੁਸਤਾਨ ਦੇ ਇਤਿਹਾਸ ਵਿੱਚ ਤੁਸੀਂ ਦੇਖ ਲਓ ਕਿ ਕਦੇ ਵੀ ਇੱਦਾਂ ਨਹੀਂ ਹੋਇਆ ਕਿ ਜਿਹੜੀ ਪਾਰਟੀ ਫੁੱਲ ਮੈਜੋਰਟੀ ਸਰਕਾਰ ਬਣਾਉਂਦੀ ਆ 100 ਦਿਨ ਦੇ ਵਿੱਚ ਉਹਦੇ ਕੋਈ ਬਾਈ ਇਲੈਕਸ਼ਨ ਆਉਂਦਾ ਉਸ ਇਲੈਕਸ਼ਨ 'ਚ ਹਾਰਦੀ ਕੇਵਲ ਹਿੰਦੁਸਤਾਨ 'ਚ ਇੱਕ ਆਮ ਆਦਮੀ ਪਾਰਟੀ ਜਿਹੜੀ 100 ਦਿਨ 'ਚ ਪੰਜਾਬ ਦੇ ਵਿੱਚ 92 MLA 100 ਦਿਨ ਪਹਿਲਾਂ ਬਣਾ ਕੇ 100 ਦਿਨ ਬਾਅਦ ਪਾਰਲੀਮੈਂਟ ਦੀ ਸੀਟ ਮੁੱਖ ਮੰਤਰੀ ਸਾਹਿਬ ਦੇ ਆਪਣੇ ਹਲਕੇ ਦੀ ਸੀਟ ਮੁੱਖ ਮੰਤਰੀ ਸਾਹਿਬ ਦੇ ਆਪਣੇ ਪਿੰਡ ਤੋਂ ਜਿਹੜੀ ਪਾਰਟੀ ਹਾਰ ਗਈ ਇਸ ਲਈ ਇਹ ਪਾਰਟੀ ਦਾ ਨੈਤਿਕ ਤੌਰ 'ਤੇ ਜਿਹੜਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਕੋਈ ਅਧਿਕਾਰ ਨਹੀਂ ਬਣਦਾ ਇਸ ਕਰਕੇ ਅਸੀਂ ਇਹ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਕਿ ਜਿੱਥੇ ਕਾਂਗਰਸ ਪਾਰਟੀ ਜਿਹੜੀ ਅਕਾਲ ਤਖ਼ਤ ਸਾਹਿਬ ਨੂੰ ਢੇਰੀ ਕਰਨ ਦੀ ਦੋਸ਼ੀ ਆ ਜਿਹੜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਦੋਸ਼ੀ ਆ ਗੋਲੀਆਂ ਮਾਰਨ ਦੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਦੋਸ਼ੀ ਆ ਉਹਨਾਂ ਨੂੰ ਨੈਤਿਕ ਤੌਰ 'ਤੇ ਮਾਫ਼ੀ ਮੰਗਣੀ ਚਾਹੀਦੀ ਆ ਅਤੇ ਪੰਜਾਬ ਦੇ ਮੁੱਖ ਮੰਤਰੀ ਨੈਤਿਕ ਤੌਰ 'ਤੇ ਅਸਤੀਫਾ ਦੇਣਾ ਚਾਹੀਦਾ ਤਾਂ ਕਿ ਲੋਕ ਅੱਗੇ ਵਾਸਤੇ ਇੱਦਾਂ ਦਾ ਗੁਮਨਾਮ ਨਾ ਹੋ।